ਸ਼ੋਟਸ ਅਰਿਕਲ ਸਾਡੇ ਦੁਤੀ ਅਰਥion ਤੁਹਾਡਾ ਇਸ ਵਕਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ एग्जाम ਸਟੱਡੀ ਦੇ ਵਿੱਚ ਅੱਜ ਅਸੀਂ ਹਿਸਟਰੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾਣ ਰਹੇ ਹਾਂ ਜਿਹਦਾ ਨਾਮ ਹੈ ਪਹਿਲਾ ਵਿਸ਼ਵ ਯੁੱਧ ਮੈਂ ਇਹ ਟੌਪਿਕ ਮੈਪ ਦੀ ਮਦਦ ਨਾਲ ਤੁਹਾਨੂੰ ਕਰਵਾਉਂਗਾ ਇਸ ਤੋਂ ਬਾਅਦ ਕੋਈ ਵੀ ਪ੍ਰੇਸ਼ਨ ਇਸ ਟੌਪਿਕ ਦੇ ਵਿੱਚ ਆਉਂਦਾ ਤੁਸੀਂ ਆਸਾਨੀ ਨਾਲ ਹੱਲ ਕਰ ਲੋਗੇ ਤਾਂ ਵੀਡੀਓ ਸਟਾਰਟ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਪਹਿਲੇ ਵਿਸ਼ਵ ਯੁੱਧ ਦਾ ਸਮਾਂ ਕੀ ਸੀਗਾ ਪਹਿਲਾ ਵਿਸ਼ਵ ਯੁੱਧ 28 ਜੁਲਾਈ 1914 ਈਸਵੀ ਤੋਂ ਲੈ ਕੇ 11 ਨਵੰਬਰ 1918 ਈਸਵੀ ਤੱਕ ਚੱਲਿਆ ਸੀ। ਇਹ ਸਮਾਂ ਜਿਹੜਾ ਬਣਦਾਗਾ 4 ਸਾਲ 3 ਮਹੀਨੇ 2 ਹਫ਼ਤੇ ਦਾ ਸਮਾਂ। ਪਹਿਲਾ ਵਿਸ਼ਵ ਯੁੱਧ ਇਨਾ ਭਿਆਨਕ ਯੁੱਧ ਹੋਇਆ ਸੀ ਇਸ ਦੇ ਵਿੱਚ ਜਿਹੜੇ ਦੇਸ਼ ਨੇ ਭਾਗ ਲਿਆ ਸੀ ਉਹਨਾਂ ਦੀ ਸੰਖਿਆ ਸੀਗੀ 37। ਇਹ ਜਿਹੜਾ ਯੁੱਧ ਹੋਇਆ ਸੀ ਇਹਨੂੰ ਵਿਸ਼ਵ ਯੁੱਧ ਦਾ ਨਾਂ ਕਿਉਂ ਦਿੱਤਾ ਗਿਆ ਸੀ ਕਿਉਂਕਿ ਇਹ ਇੱਕ ਖੇਤਰ ਦੇ ਵਿੱਚ ਨਾ ਹੋ ਕੇ ਯੂਰਪ, ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਦੇ ਵਿਚਕਾਰ ਹੋਇਆ ਸੀਗਾ। ਇਨ੍ਹਾਂ ਖੇਤਰਾਂ ਦੇ ਸ਼ੰਤੀ ਰੀਸ ਇਹਦੇ ਵਿੱਚ ਸਮਲ ਸੀਗੇ ਪਹਿਲਾ ਵਿਸ਼ਵ ਯੁੱਧ ਬਹੁਤ ਹੀ ਜ਼ਿਆਦਾ ਭਿਆਨਕ ਵਿਸ਼ਵ ਯੁੱਧ ਸੀ ਜਿਸ ਦੇ ਵਿੱਚ ਥਾਲਸੀਨਾਂ ਜਲਸੀਨਾਂ ਤੇ ਵਾਜੂ ਤਿੰਨੇ ਮਾਧਿਅਮ ਦੀ ਵਰਤੋਂ ਕੀਤੀ ਸੀ ਮਨੁੱਖੀ ਧਰਤੀ ਦੇ ਉੱਤੇ ਵੀ ਯੁੱਧ ਲੜਿਆ ਜਾ ਰਿਹਾ ਸੀ ਹਵਾ ਦੇ ਵਿੱਚ ਵੀ ਤੇ ਪਾਣੀ ਦੇ ਵਿੱਚ ਵੀ ਇਸ ਵਿਸ਼ਵ ਯੁੱਧ ਦੇ ਵਿੱਚ ਬਹੁਤ ਹੀ ਜ਼ਿਆਦਾ ਰਾਜਨੀਤਿਕ ਆਰਥਿਕ ਤੇ ਜਾਨੀ ਨੁਕਸਾਨ ਹੋਇਆ ਸੀਗਾ ਇਸ ਯੁੱਧ ਦੇ ਵਿੱਚ 1 ਕਰੋੜ 70 ਲੱਖ ਲੋਕਾਂ ਦੀ ਮੌਤ ਹੋ ਗਈ ਸੀ ਜਿਹਦੇ ਵਿੱਚੋਂ 1 ਕਰੋੜ ਲੋਕ ਸੀ ਜਿਹੜੇ ਸੈਨਿਕ ਸੀਗੇ ਤੇ 70 ਲੱਖ ਸੀ ਜਿਹੜੇ ਆਮ ਲੋਕ ਸੀਗੇ ਇਸ ਭਿਆਨਕ ਤਵਾਹੀ ਦੇ ਕਾਰਨ ਇਸ ਨੂੰ ਕੁਝ ਨਾਂ ਦਿੱਤੇ ਗਏ ਸੀਗੇ ਇਹ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ ਵੀ ਪਹਿਲੇ ਵਿਸ਼ਵ ਯੁੱਧ ਦੇ ਹੋਰ ਨਾਂ ਕਿਹੜੇ ਨੇਗੇ ਤਾਂ ਇਹਨੂੰ ਗਲੋਬਲ ਵਾਰ ਵੀ ਕਿਹਾ ਜਾਂਦਾਗਾ ਦੂਜਾ ਨਾਂ ਹੈਗਾ ਦੀ ਵਾਰ ਆਫ ਐਂਡ ਆਲ ਵਾਰ ਤੇ ਅਗਲਾ ਨਾਂ ਹੈਗਾ ਦੀ ਗ੍ਰੇਟ ਵਾਰ ਇਸ ਸਮੇਂ ਕੀ ਹੋਇਆ ਸੀ ਜਿਹੜੇ ਦੇਸ਼ ਸੀਗੇ ਉਹ ਦੋ ਗੁੱਟਾਂ ਦੇ ਵਿੱਚ ਵੰਡੇ ਗਏ ਸੀਗੇ ਇੱਕ ਪਾਸੇ ਸੀ ਮਿੱਤਰ ਰਾਸ਼ਟਰ ਦੂਜੇ ਪਾਸੇ ਟੁਰੀ ਰਾਸ਼ਟਰ ਜਿਹੜੇ ਮਿੱਤਰ ਰਾਸ਼ਟਰ ਚੋਣਾਂ ਦੇ ਵਿੱਚ ਸ਼ਾਮਲ ਜਿਹੜੇ ਮੁੱਖ ਦੇਸ਼ ਸੀਗੇ ਫਰਾਂਸ ਇੰਗਲੈਂਡ ਰੂਸ ਜਾਪਾਨ ਤੇ ਅਮਰੀਕਾ ਦੂਜੇ ਪਾਸੇ ਸੀ ਜਰਮਨੀ ਆਸਟਰੀਆ ਹੰਗਰੀ ਓਟੋਮਨ ਸਮਰਾਜ ਤੇ ਬਲਗੇਰੀਆ ਇੱਥੇ ਇੱਕ ਦੇਸ਼ ਆ ਜਿਹੜਾ ਬਹੁਤ ਹੀ ਜ਼ਿਆਦਾ ਕਨਫਿਊਜ਼ਿੰਗ ਹੈਗਾ ਉਦੋਂ ਨਾ ਹੈਗਾ ਇਟਲੀ ਜਦੋਂ ਆਪਾਂ ਪਹਿਲੇ ਵਿਸ਼ਵ ਯੁੱਧ ਦੇ MCQ ਕੀਤੇ ਸੀਗੇ ਉਸ ਦੇ ਵਿੱਚ ਮੈਂ ਇਟਲੀ ਨੂੰ ਧੂਰੀ ਰਾਸ਼ਟਰ ਦੇ ਵਿੱਚ ਸ਼ਾਮਲ ਕੀਤਾ ਸੀਗਾ ਜਿਹੜਾ ਇਟਲੀ ਸੀਗਾ ਉਹ 1914 ਈਸਵੀ ਤੱਕ ਸੀ ਜਿਹੜਾ ਧੂਰੀ ਰਾਸ਼ਟਰ ਦੇ ਵਿੱਚ ਰਿਹਾ ਸੀ ਇਟਲੀ ਨੇ ਆਪ ਦਾ ਪਾਸਾ ਬਲਟ ਲਿਆ ਸੀ ਉਹ 1915 ਈਸਵੀ ਦੇ ਵਿੱਚ ਮਿੱਤਰ ਰਾਸ਼ਟਰ ਦੇ ਵਿੱਚ ਸ਼ਾਮਲ ਹੋ ਗਿਆ ਸੀ ਇਟਲੀ ਨੇ ਜਿਹੜਾ 1915 ਈਸਵੀ ਤੋਂ ਲੈ ਕੇ 1918 ਈਸਵੀ ਦਾ ਸਮਾਂ ਜਿਹੜਾ ਮਿੱਤਰ ਰਾਸ਼ਟਰਾਂ ਦੇ ਵਿੱਚ ਰਿਹਾ ਸੀ ਇਸੇ ਕਰਕੇ ਆਪਾਂ ਇਸ ਨੂੰ ਮਿੱਤਰ ਰਾਸ਼ਟਰ ਦੇ ਵਿੱਚ ਸ਼ਾਮਲ ਕਹਿ ਸਕਦੇ ਹਾਂਗੇ ਪਹਿਲੇ ਵਿਸ਼ਵ ਯੁੱਧ ਦਾ ਇੱਕ ਤਤਕਾਲੀ ਕਾਰਨ ਹੈਗਾ ਉਹ ਤਾਂ ਸਾਰਿਆਂ ਨੇ ਪੜਿਆ ਹੋਊਗਾ ਉਸ ਤੋਂ ਪਹਿਲਾਂ ਜਿਹੜੀਆਂ ਸਥਿਤੀਆਂ ਬਣੀਆਂ ਸੀਗੀਆਂ ਜਿਹੜੇ ਕਾਰਨ ਬਣੇ ਸੀਗੇ ਜਿੰਨਾ ਕਰਕੇ ਪਹਿਲਾ ਵਿਸ਼ਵ ਯੁੱਧ ਹੋਇਆ ਸੀਗਾ ਮੇਨ ਤੌਰ ਤੇ ਆਪਾਂ ਉਹ ਦੇਖਦੇ ਹਾਂਗੇ ਪਹਿਲਾ ਕਾਰਨ ਹੈਗਾ ਅਲਸੀਸ ਤੇ ਲੋਰੇਨ ਦੀ ਸਮੱਸਿਆ ਇਸ ਸਮੇਂ ਜਿਹੜਾ ਜਰਮਨੀ ਦਾ ਏਕੀਕਰਨ ਆਪਣੇ ਅੰਤਮ ਪੜਾਵਾਂ ਦੇ ਪਹੁੰਚਿਆ ਹੋਇਆ ਸੀਗਾ ਜਰਮਨੀ ਦਾ ਜਿਹੜਾ ਏਕੀਕਰਨ ਉਹ ਬਿਸਮਾਰਕ ਦੁਆਰਾ ਕੀਤਾ ਗਿਆ ਸੀ ਜਿਹੜਾ ਬਿਸਮਾਰਕ ਸੀਗਾ ਉਹ ਪਰਸੀਆ ਦੇ ਸਾਸਕ ਵਿਲੀਅਮ ਪਹਿਲੇ ਦਾ 1862 ਈਸਵੀ ਦੇ ਵਿੱਚ ਪ੍ਰਧਾਨ ਮੰਤਰੀ ਬਣਿਆ ਸੀਗਾ ਬਿਸਮਾਰਕ ਸੀ ਜਿਹੜਾ ਕੂਟਨੀਤੀਵਾਨ ਵਿਅਕਤੀ ਸੀਗਾ ਉਸਨੇ ਸੋਚਿਆ ਕਿ ਜਿਹੜਾ ਜਰਮਨੀ ਉਹ ਵਕ ਵਕ ਟੁਕੜਿਆਂ ਦੇ ਵਿੱਚ ਵੰਡਿਆ ਹੋਇਆਗਾ ਮੈਂ ਉਹਨੂੰ ਇਕਜੁੱਟ ਕਰਾਂ ਉਸਨੇ ਏਕੀਕਰਨ ਦੀ ਜਿਹੜੀ ਲਾਸਟ ਇਕਾਈ ਸੀ ਉਹ ਹੈਗੀ ਸੀ ਅਲਸੇਸ ਤੇ ਲੋਰੇਨ ਇਹ ਪ੍ਰਦੇਸ਼ੀ ਜਿਹੜੇ ਜਰਮਨੀ ਆਪਣੇ ਪ੍ਰਦੇਸ਼ ਦੇ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀਗਾ ਇਹ ਜਿਹੜੇ ਪ੍ਰਦੇਸ਼ ਸੀ ਅਲਸੇਸ ਤੇ ਲੋਰੇਨ ਇਹ ਫਰਾਂਸ ਦੇ ਅਧਿਕਾਰ ਦੇ ਵਿੱਚ ਸੀਗੇ ਏਸੇ ਕਰਕੇ ਜਿਹੜਾ ਜਰਮਨੀ ਸੀਗਾ ਇਹਨੂੰ ਹਾਸਲ ਕਰਕੇ ਆਪਣੇ ਇੱਕ ਕੀ ਕਰਨ ਦਾ ਜਿਹੜਾ ਸੁਪਨਾ ਸੀ ਉਹ ਪੂਰਾ ਕਰਨਾ ਚਾਹੁੰਦਾ ਸੀਗਾ ਇਸ ਲਈ ਫਰਾਂਸ ਤੇ ਪਰਸੀਆਂ ਦੇ ਵਿਚਕਾਰ ਜੰਗ ਹੋਇਆ 1 ਸਤੰਬਰ 1870 ਦੇ ਵਿੱਚ ਜਿਸ ਤੇ ਵਿੱਚ ਫਰਾਂਸ ਦੀ ਬਹੁਤ ਹੀ ਸ਼ਰਮਨਾਕ ਹਾਰ ਹੋਈ ਇਸ ਤੋਂ ਬਾਅਦ 1871 ਈਸਵੀ ਦੇ ਵਿੱਚ ਇੱਕ ਸੰਧੀ ਹੋਈ ਸੀ ਜਿਸ ਨੂੰ ਫ੍ਰੈਕਫਰਟ ਦੀ ਸੰਧੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕੀ ਹੋਇਆ ਸੀ ਅਲਸੇਸ ਤੇ ਲੋਰੇਨ ਪ੍ਰਦੇਸ਼ ਜਿਹੜੇ ਜਰਮਨੀ ਨੂੰ ਮਿਲ ਗਏ ਸੀਗੇ। ਮੈਂ ਤੁਹਾਨੂੰ ਲొਕੇਸ਼ਨ ਦਿਖਾ ਦਿੰਦਾ ਹਾਂਗਾ ਆਹ ਆਪਣਾ ਫ੍ਰਾਂਸ ਹੈਗਾ ਤੇ ਆ ਜਰਮਨੀਆ ਆ ਖੇਤਰ ਸੀ ਜਿੰਨਾ ਦਾ ਬਵਾਦ ਛਿੜਿਆ ਹੋਇਆ ਸੀਗਾ। ਜਰਮਨੀ ਤੇ ਫ੍ਰਾਂਸ ਆ ਖੇਤਰ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਝਗੜਾ ਹੋਇਆ ਸੀਗਾ। ਅੱਗੇ ਗੱਲ ਕਰਦੇ ਹਾਂ ਗੁਪਤ ਸੰਧੀਆਂ ਅਤੇ ਗੁੱਟਾਂ ਦਾ ਨਿਰਮਾਣ। ਜਿਹੜਾ ਬਿਸਮਾਰਕ ਸੀਗਾ ਜਦੋਂ ਜਰਮਨੀ ਦਾ ਨਵਾਂ ਨਾਮ ਇੱਕੀਕਰਨ ਹੋਇਆ ਸੀ ਉਹ ਆਪਣੇ ਵਿਕਾਸ ਦੇ ਦੌਰ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਸੀ ਇਸ ਕਰਕੇ ਬਿਸਮਾਰਕ ਜਿਹੜਾ ਕੂਟਨੀਤੀਵਾਨ ਵਿਅਕਤੀ ਸੀ ਉਹਨੇ ਬਖ ਬਖ ਸੰਧੀਆਂ ਕਰਨੀਆਂ ਸਟਾਰਟ ਕਰਤੀਆਂ ਸੀ ਪਹਿਲਾਂ ਉਸਨੇ ਕੀ ਕੀਤਾ ਜਰਮਨੀ ਨੇ ਆਸਟਰੀਆ ਤੇ ਹੰਗਰੀ ਨਾਲ ਸੰਧੀ ਕੀਤੀ ਧਿਆਨ ਰੱਖਿਓ ਜਿਹੜਾ ਮੈਂ ਆਸਟਰੀਆ ਤੇ ਹੰਗਰੀ ਇਕੱਠਾ ਲਿਖ ਰਿਹਾ ਹਾਂਗਾ ਇਹਦਾ ਮਤਲਬ ਇਹ ਸੀਗਾ ਵੀ ਉਸ ਟਾਈਮ ਸੀ ਜਿਹੜਾ ਇਹ ਇਕੱਠੇ ਸੀਗੇ ਇਸ ਤੋਂ ਬਾਅਦ ਇਟਲੀ ਨਾਲ 1882 ਈਸਵੀ ਦੇ ਵਿੱਚ ਸੰਧੀ ਕੀਤੀ ਸੀ ਇਹ ਇੰਗਲੈਂਡ ਦੇ ਨਾਲ ਵੀ ਚੰਗੇ ਵਿਵਹਾਰ ਸੀ ਜਿਹੜੇ ਉਹ ਸਥਾਪਿਤ ਕੀਤੇ ਸੀ ਬਿਸਮਾਰਕ ਨੇ ਉਸ ਤੋਂ ਬਾਅਦ ਤ੍ਰੈ ਗੁੱਟ ਸੰਧੀ ਹੋਈ ਸੀ ਜਿਹੜੀ 1882 ਈਸਵੀ ਦੇ ਵਿੱਚ ਹੋਈ ਸੀ ਜਰਮਨੀ ਆਸਟਰੀਆ ਹੰਗਰੀ ਇਟਲੀ ਇਹ ਤਿੰਨਾਂ ਦੇ ਵਿਚਕਾਰ ਹੋਈ ਸੀਗੀ ਜਿਹੜੇ ਆਹ ਆਸਟਰੀਆ ਤੇ ਹੰਗਰੀ ਆ ਇਕੱਠੇ ਨੇ ਪਹਿਲਾਂ ਇਸ ਗੁੱਟ ਦੇ ਵਿੱਚ ਰੂਸ ਸ਼ਾਮਲ ਹੁੰਦਾ ਸੀ ਫਿਰ ਉਹ ਇਸ ਗੁੱਟ ਤੋਂ ਬਾਹਰ ਹੋ ਗਿਆ ਸੀਗਾ ਉਸ ਤੋਂ ਬਾਅਦ ਦੂਜੇ ਪਾਸੇ ਆਪਾਂ ਨੂੰ ਜਿਹੜਾ ਸੰਧੀ ਮਿਲ ਦੇਖਣ ਨੂੰ ਮਿਲਦੀ ਉਹ ਹੈਗੀ ਆ ਤਿਕੋਣੀ ਸਮਝੌਤਾ ਜਿਹੜਾ ਹੋਇਆ ਸੀ ਰੂਸ ਫਰਾਂਸ ਤੇ ਇੰਗਲੈਂਡ ਦੇ ਵਿਚਕਾਰ ਰੂਸ ਤੇ ਫਰਾਂਸ ਦੇ ਵਿੱਚ ਸੰਧੀ ਹੋਈ ਸੀ 1891 ਈਸਵੀ ਦੇ ਵਿੱਚ ਇਹ ਜਿਹੜੀ ਸੰਧੀ ਹੈਗੀ ਕਈ ਥਾਵਾਂ 'ਚ ਤੁਹਾਨੂੰ 1894 ਵੀ ਲਿਖੀ ਮਿਲ ਸਕਦੀ ਹੈ ਕਿਉਂਕਿ ਜਿਹੜਾ 1891 ਈਸਵੀ 'ਚ ਦੋਸਤਾਨੀ ਸਬੰਧ ਜਿਹੜੇ ਕਾਇਮ ਹੋਏ ਸੀ ਤੇ 1894 ਦੇ ਵਿੱਚ ਇਹ ਸੰਧੀ ਸੀ ਜਿਹੜੀ ਪੂਰਨ ਚੜੀ ਸੀ ਅਗਲੀ ਸੰਧੀ ਹੋਈ ਸੀ ਇੰਗਲੈਂਡ ਤੇ ਫਰਾਂਸ ਦੀ ਸੰਧੀ ਜਿਹੜੀ 1904 ਦੇ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਹੋਈ ਸੀ ਇੰਗਲੈਂਡ ਤੇ ਰੂਸ ਦੀ ਸੰਧੀ 1907 ਦੇ ਵਿੱਚ ਇਸ ਤਰ੍ਹਾਂ ਇੱਕ ਤ੍ਰਿਕੋਣ ਬਣ ਗਈ ਸੀ ਤ੍ਰਿਕੂਨੀ ਸਮਝੌਤਾ ਬਣ ਗਿਆ ਸੀ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚੋਂ ਇਸ ਲਈ ਇੱਕ ਪਾਸੇ ਦਾ ਗੁੱਟ ਜਿਹੜਾ ਇਹ ਕ੍ਰੀਏਟ ਹੋ ਗਿਆ ਸੀਗਾ ਦੂਜੇ ਪਾਸੇ ਇਹਨਾਂ ਦਾ ਗੁੱਟ ਜਿਹੜਾ ਕ੍ਰੀਏਟ ਹੋ ਗਿਆ ਸੀਗਾ ਆ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਸਟਰੀਆ ਤੇ ਹੰਗਰੀਆ ਇਕੱਠਾ ਸੀਗਾ ਤੇ ਆ ਹੈਗਾ ਆਪਣਾ ਜਰਮਨੀ ਆ ਹੈਗਾ ਆਪਣਾ ਰੂਸ ਤੇ ਦੂਜੇ ਪਾਸੇ ਆਪਣਾ ਹੈਗਾ ਫਰਾਂਸ ਅੱਗੇ ਆ ਬੋਸਨੀਆ ਤੇ ਹਰਜੇ ਗੋਵਿੰਨਾ ਦੀ ਸਮੱਸਿਆ ਇਹ ਸਮੱਸਿਆ ਕੀ ਸੀ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਬਰਲਿਨ ਸਿਮੇਲਨ ਨੂੰ ਸਮਝਣਾ ਪਊਗਾ ਫਿਰ ਇਹ ਸਮੱਸਿਆ ਜਿਹੜੀ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਮਝਾ ਦੂੰਗਾ ਵਰਲਨ ਸਿਮੀਲਨ ਇਹ ਹੋਇਆ ਸੀਗਾ 13 ਜੂਨ ਤੋਂ ਲੈ ਕੇ 13 ਜੁਲਾਈ 1878 ਈਸਵੀ ਤੱਕ ਚੱਲਿਆ ਸੀਗਾ ਇਸ ਦੇ ਵਿੱਚ ਜਿਹੜੇ ਦੇਸ਼ਾਂ ਨੇ ਭਾਗ ਲਿਆ ਸੀ ਰੂਸ, ਇੰਗਲੈਂਡ, ਫਰਾਂਸ, ਆਸਟਰੀਆ, ਇਟਲੀ ਤੇ ਜਰਮਨੀ ਹੋਰ ਜਿਹੜੇ ਸੀਗੇ ਓਟੋਮਨ ਸਮਰਾਜ ਤੇ ਚਾਰ ਬਲਕਾਨ ਰਾਜ ਸੀ ਜਿਹੜੇ ਗ੍ਰੀਸ, ਸਰਬਰੀਆ, ਰੂਮਾਨੀਆ ਤੇ ਮੋਨਟੇਨਿਗਰੋ ਇਸ ਸਿਮੀਲਨ ਦਾ ਜਿਹੜਾ ਉਦੇਸ਼ ਸੀਗਾ ਉਹ ਸੀਗਾ ਬਲਕਾਨ ਰਾਜਾਂ ਦੀ ਸੀਮਾ ਨੂੰ ਨਿਸ਼ਚਿਤ ਕਰਨਾ ਜਿਹੜੇ ਆ ਰਾਜ ਦੱਸੇ ਨੇ ਮੈਂ ਤੁਹਾਨੂੰ ਇਹ ਚਾਰਾਂ ਰਾਜਿਆਂ ਦੀ ਜਿਹੜੀ ਸੀਮਾ ਸੀ ਉਹ ਨਿਸ਼ਚਿਤ ਕਰਨੀਆਂ ਸੀ ਇਸ ਦੇ ਵਿੱਚ ਕੁਝ ਮਹੱਤਵਪੂਰਨ ਸ਼ਰਤਾਂ ਰੱਖੀਆਂ ਗਈਆਂ ਸੀ ਉਹਨਾਂ ਦੇ ਵਿੱਚੋਂ ਆਪਾਂ ਗੱਲ ਕਰਦੇ ਹਾਂ ਅਸਟਰੀਆ ਨੂੰ ਬਸੂਨੀਆ ਤੇ ਹਰਜੂਬੇ ਗਵਿਨਾ ਦਾ ਸ਼ਾਸਨ ਕਰਨ ਦਾ ਅਧਿਕਾਰ ਮਿਲ ਗਿਆ ਸੀ ਇਸ ਸੰਮੇਲਨ ਦੇ ਵਿੱਚ ਪਰ ਅਸਟਰੀਆ ਇਹਨਾਂ ਪ੍ਰਦੇਸ਼ਾਂ ਨੂੰ ਆਪਣੇ ਰਾਜ ਦੇ ਵਿੱਚ ਸ਼ਾਮਲ ਨਹੀਂ ਕਰ ਸਕਦਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ 1908 ਦੇ ਵਿੱਚ ਅਸਟਰੀਆ ਨੇ ਇਹਨਾਂ ਦੋਹਾਂ ਪ੍ਰਦੇਸ਼ਾਂ ਨੂੰ ਆਪਣੇ ਅਧਿਕਾਰ ਦੇ ਹੇਠਾਂ ਕਰ ਲਿਆ ਸੀ ਜਾਨਕਿ ਹੜੱਪ ਲਿਆ ਸੀਗਾ ਆ ਦੇਖ ਸਕਦੇ ਹੋ ਤੁਸੀਂ ਬੋਸਨੀਆ ਤੇ ਹਰਜੇਗੋਵਿਨਾ ਇੱਥੇ ਸਰਬੀਆ ਸੀ ਤੇ ਇੱਥੇ ਹਸਟਰੀਆ ਸੀਗਾ ਜਦੋਂ ਹਸਟਰੀਆ ਨੇ ਇਸ ਨੂੰ ਆਪਣੇ ਰਾਜ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਸਰਬੀਆ ਸੀ ਉਹਦਾ ਗਵੰਢੀ ਰਾਜ ਸੀ ਇਹਨਾਂ ਦੇ ਵਿੱਚਕਾਰ ਜਿਹੜੀ ਕਟੜਤਾ ਸੀ ਉਹ ਵੱਧ ਗਈ ਕਿਉਂਕਿ ਉਹ ਚਾਹੁੰਦਾ ਸਰਬੀਆ ਚਾਹੁੰਦਾ ਸੀ ਕਿ ਇਹ ਰਾਜ ਸੀ ਜਿਹੜੇ ਉਹਦੇ ਅਧਿਕਾਰ ਦੇ ਵਿੱਚ ਆ ਜਾਣ ਅੱਗੇ ਜਰਮਨੀ ਦੁਆਰਾ ਸ਼ਕਤੀ ਪ੍ਰਾਪਤ ਕਰਨ ਦੇ ਯਤਨ ਜਰਮਨੀ ਸੀ ਜਿਹੜਾ ਉਦਯੋਗਿਕ ਕ੍ਰਾਂਤੀ ਦੇ ਕਾਰਨ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਗਿਆ ਸੀਗਾ ਉਸ ਤੋਂ ਬਾਅਦ ਜਿਹੜਾ ਜਰਮਨੀ ਦਾ ਅਗਲਾ ਸ਼ਾਸਕ ਬਣਿਆ ਸੀ ਉਹ ਬਣਿਆ ਸੀ ਕੇਸਰ ਵਿਲੀਅਮ ਦੂਜੇ 1888 ਈਸਵੀ ਦੇ ਵਿੱਚ ਜਰਮਨੀ ਦਾ ਸਮਰਾਟ ਬਣਿਆ ਸੀਗਾ ਕੇਸਰ ਵਿਲੀਮ ਦੂਜੇ ਨੇ ਘੋਸ਼ਣਾ ਕੀਤੀ ਸੀ ਕਿ ਉਹ ਜਰਮਨੀ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣਾ ਚਾਹੁੰਦਾ ਹੈ ਇਸ ਦੇ ਲਈ ਉਸ ਨੇ ਆਪਣੇ ਆਰਥਿਕ ਵਿਕਾਸ ਦੇ ਸਾਧਨ ਡਿਵੈਲਪ ਕਰਨ ਲਈ ਇੱਕ ਰੇਲਵੇ ਲਾਈਨ ਬਸਾਉਣੀ ਚਾਹੀ ਜਿਹੜੀ ਕਿ ਵਰਲਨ ਤੋਂ ਲੈ ਕੇ ਬਗਦਾਦ ਤੱਕ ਰਹੀ ਸੀ ਇਸੇ ਦੀ ਜਿਹੜੀ ਵਿਰੋਧਤਾ ਕੀਤੀ ਸੀ ਉਹ ਕੀਤੀ ਸੀ ਇੰਗਲੈਂਡ ਫ੍ਰਾਂਸ ਤੇ ਰੂਸ ਨੇ ਇਸੇ ਕਾਰਨ ਇਹਨਾਂ ਦੇਸ਼ਾਂ ਦੀ ਜਿਹੜੀ ਕਟੜਤਾ ਸੀ ਉਹ ਵੱਧ ਗਈ ਸੀਗੀ ਜਰਮਨੀ ਪ੍ਰਤੀ ਅਗਿਆਨ ਸੈਨਿਕਵਾਦ ਪਹਿਲੇ ਵਿਸ਼ਵ ਜੁੱਧ ਤੋਂ ਪਹਿਲਾਂ ਕੀ ਚੱਲ ਰਿਹਾ ਸੀਗਾ ਜਿਹੜੇ ਹਰੇਕ ਜਿਹੜਾ ਰਾਸ਼ਟਰ ਸੀ ਉਹ ਆਪਣੀ ਸੈਨਿਕ ਸ਼ਕਤੀ ਵਧਾਉਣ ਦੇ ਵਿੱਚ ਲੱਗਿਆ ਹੋਇਆ ਸੀ ਹਰੇਕ ਦੇਸ਼ ਜਿਹੜਾ ਆਪਣੀ ਰਾਸ਼ਟਰੀ ਆਮਦਨ ਦਾ 80 ਤੋਂ 85% ਹਿੱਸਾ ਸੀ ਜਿਹੜਾ ਹਥਿਆਰਾਂ ਦੇ ਉੱਤੇ ਖਰਚ ਕਰ ਦਿੰਦਾ ਸੀ ਆਮ ਲੋਕਾਂ ਦੀ ਵੀ ਉਸ ਸਮੇਂ ਸੈਨਿਕ ਟ੍ਰੇਨਿੰਗ ਜਿਹੜੀ ਸ਼ੁਰੂ ਕਰ ਦਿੱਤੀ ਗਈ ਸੀ ਵੀ ਕਿਸੇ ਟਾਈਮ ਵੀ ਜਿਹੜਾ ਉਹ ਯੁੱਧ ਲੱਗ ਸਕਦਾਗਾ ਇਹ ਨਹੀਂ ਹੈਗਾ ਵੀ ਉਹਨਾਂ ਹਥਿਆਰਾਂ ਦੀ ਦੌੜ ਨੂੰ ਘਟ ਕਰਨ ਲਈ ਸਮੀਲਨ ਨਹੀਂ ਕੀਤੇ ਗਏ ਉਸ ਸਮੇਂ ਦੋ ਸਮੀਲਨ ਹੋਏ ਸੀ ਜਿਹੜੇ ਕੋਈ ਹੋਈ ਸੀ ਹੈਗ ਦੇ ਵਿੱਚ ਜਿਹੜੇ ਕਿ ਅਸਫਲ ਰਹੇ ਸੀਗੇ ਅਗਿਆ ਮਰਾਕੋ ਸੰਕਟ ਜਿਹੜਾ 1905 ਈਸਵੀ ਦੇ ਵਿੱਚ ਸਾਹਮਣੇ ਆਇਆ ਸੀ ਇਸ ਦੇ ਵਿੱਚ ਕੀ ਸੀਗਾ ਇਹ ਉੱਤਰ ਪੱਛਮ ਦਾ ਇੱਕ ਸੂਟਾ ਜਾਂ ਮੁਸਲਮਾਨੀ ਰਾਜ ਸੀਗਾ ਇਤੋਂ ਦਾ ਜਿਹੜਾ ਸ਼ਾਸਕ ਸੀ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਤੇ ਨਕਮਾ ਸੀਗਾ ਇਸ ਗੱਲ ਦਾ ਫਾਇਦਾ ਉਠਾ ਕੇ ਜਿਹੜਾ ਜਰਮਨੀ ਫਰਾਂਸ ਇੰਗਲੈਂਡ ਤੇ ਸਪੇਨ ਇਟਲੀ ਇਸ ਉੱਤੇ ਆਪਣਾ ਅਧਿਕਾਰ ਕਰਨਾ ਚਾਹੁੰਦੇ ਸੀਗੇ ਫਰਾਂਸ ਸੀਗਾ ਜਿਹੜਾ ਉਹ ਸਭ ਤੋਂ ਜ਼ਿਆਦਾ ਚਲਾਕ ਨਿਕਲਿਆ ਉਸਨੇ ਇੰਗਲੈਂਡ ਸਪੇਨ ਤੇ ਇਟਲੀ ਦੇ ਨਾਲ ਆਪਣਾ ਸੰਧੀ ਕਰ ਲਈ ਸੀਗੀ ਇਹ ਇੱਕ ਤਰ੍ਹਾਂ ਦੀ ਗੁਪਤ ਸੰਧੀ ਸੀਗੀ ਜਦੋਂ ਜਰਮਨੀ ਨੂੰ ਇਸ ਸੰਧੀ ਦਾ ਪਤਾ ਲੱਗਿਆ ਤਾਂ ਉਸਨੇ 1905 ਈਸਵੀ ਤੋਂ ਮਰਾਕੋ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕਰ ਦਿੱਤਾ ਜਰਮਨੀ ਦੇ ਸ਼ਾਸਕ ਨੇ ਮਰਾਕੋ ਦੇ ਸੁਲਤਾਨ ਨੂੰ ਇਹ ਗੱਲ ਕਹੀ ਵੀ ਜੇਕਰ ਕੋਈ ਵੀ ਦੇਸ਼ ਤੇਰੇ ਉੱਤੇ ਹਮਲਾ ਕਰਦਾਗਾ ਤਾਂ ਉਸ ਨੂੰ ਪਹਿਲਾਂ ਮੇਰੇ ਨਾਲ ਲੜਨਾ ਪਊਗਾ ਇਸੇ ਕਰਕੇ ਫਰਾਂਸ ਨੂੰ ਆਪਣੀ ਜਿਹੜੀ ਨੀਤੀ ਆ ਤਿਆਗਣੀ ਪਈ ਪਰ ਉਸਨੇ 1911 ਈਸਵੀ ਦੇ ਵਿੱਚ ਜਾ ਕੇ ਮਰਾਕੋ ਦੀ ਰਾਜਧਾਨੀ ਫੈਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਆ ਦੇਖ ਸਕਦੇ ਹੋ ਤੁਸੀਂ ਮਰਾਕੋ ਦਾ ਇਲਾਕਾ ਤੇ ਆਪਣਾ ਫਰਾਂਸ ਤੇ ਜਰਮਨੀ ਫਰਾਂਸ ਨੇ ਇਹਦੀ ਰਾਜਧਾਨੀ ਫਾਇਜ਼ ਤੇ ਹਮਲਾ ਕੀਤਾ ਤੇ ਉਹਨੂੰ ਆਪਣੇ ਅਧਿਕਾਰ ਦੇ ਵਿੱਚ ਲੈ ਲਿਆ ਸੀ 1911 ਦੇ ਵਿੱਚ ਤੇ ਉਸ ਤੋਂ ਬਾਅਦ ਜਰਮਨੀ ਦੇ ਨਾਲ ਵਿੱਚ ਕਟੜਤਾ ਸੀ ਜਿਹੜੀ ਹੋਰ ਵੱਧ ਗਈ ਅੱਗੇ ਆ ਬਲਕਾਨ ਯੁੱਧ ਇਹ ਜਿਹੜੀ ਯੁੱਧ ਹੋਈ ਸੀ ਇਹ ਦੋ ਯੁੱਧ ਹੋਈ ਸੀਗੇ ਇਨ੍ਹਾਂ ਯੁੱਧਾਂ ਦੇ ਕਾਰਨ ਹੀ ਜਿਹੜੇ ਵਿਸ਼ਵ ਦੇ ਰਾਸ਼ਟਰ ਪਹਿਲਾਂ ਹੀ ਦੁਸ਼ਮਣ ਸੀ ਉਹਨਾਂ ਦੀ ਜਿਹੜੀ ਦੁਸ਼ਮਣੀ ਸੀ ਉਹ ਹੋਰ ਵੀ ਵੱਧ ਗਈ ਸੀ ਪਹਿਲਾ ਬਲਕਾਨ ਯੁੱਧ ਸੀ ਜਿਹੜਾ 1912 ਈਸਵੀ ਦੇ ਵਿੱਚ ਸ਼ੁਰੂ ਹੋਇਆ ਸੀ ਏ ਹੋਇਆ ਸੀ ਸਰਬਰੀਆ ਬੁਲਗੇਰੀਆ ਤੇ ਮੈਟੋਨਿਗਰੋ ਜਨਾਨ ਨੇ ਤੁਰਕੀ ਦੇ ਵਿਰੁੱਧ ਛੇੜਿਆ ਸੀਗਾ ਇਸ ਦੇ ਵਿੱਚ ਤੁਰਕੀ ਦੀ ਹਾਰ ਹੋਈ ਸੀਗੀ ਉਸ ਤੋਂ ਬਾਅਦ ਜਿਹੜਾ ਇਹਦਾ ਨਤੀਜਾ ਨਿਕਲੇச்சு ਇੱਕ ਸੰਧੀ ਦੇ ਰੂਪ ਦੇ ਵਿੱਚ ਨਿਕਲੇ ਜਿਹੜੀ ਹੋਈ ਸੀਗੀ ਮਈ 1913 ਦੇ ਵਿੱਚ ਲੰਡਨ ਦੀ ਸੰਧੀ ਇਸ ਸੰਧੀ ਦੇ ਵਿੱਚ ਜਿਹੜਾ ਬਲਗੇਰੀਆ ਸੀ ਉਹਦੀ ਵਿਰੋਧਤਾ ਕੀਤੀ ਗਈ ਸੀ ਉਸ ਤੋਂ ਬਾਅਦ ਹੁੰਦਾ ਦੂਜਾ ਬੁਲਕਾਨ ਯੁੱਧ ਜਿਹੜਾ ਹੋਇਆ ਸੀ ਜੂਨ 1913 ਈਸਵੀ ਦੇ ਵਿੱਚ ਬਲਗੇਰੀਆ ਨੇ ਸਟਾਰਟ ਕੀਤਾ ਸੀਗਾ ਬਲਗੇਰੀਆ ਨੇ ਆਪਣੇ ਜਿਹੜੇ ਮਿੱਤਰ ਸੀਗੇ ਸਰਪੀਆ, ਮੈਟੋਨਿਗਰੋ, ਜਨਾਨ ਦੇ ਵਿਰੋਧੀ ਆਪਣਾ ਜੁੱਧ ਛੇੜਤਾ ਸੀਗਾ। ਕਿਉਂ ਛੇੜਤਾ ਸੀ ਕਿਉਂਕਿ ਜਿਹੜੀ ਲੰਡਨ ਦੀ ਸੰਧੀ ਹੈਗੀ ਉਹਦੇ ਵਿੱਚ ਬਲਗੇਰੀਆ ਦੀ ਵਿਰੋਧਤਾ ਕੀਤੀ ਗਈ ਸੀ। ਇਸ ਦੇ ਵਿੱਚ ਜਿਹੜੇ ਤੁਰਕੀ ਤੇ ਰੂਮਾਨੀਆ ਸੀ ਉਹ ਵੀ ਬਲਗੇਰੀਆ ਦੇ ਵਿਰੁੱਧ ਸ਼ਾਮਲ ਹੋ ਗਏ। ਜਨਕਿ ਇਹਨਾਂ ਦੇ ਵਿੱਚ ਸ਼ਾਮਲ ਹੋ ਗਏ। ਇੱਕ ਪਾਸੇ ਸੀ ਜਿਹੜੇ ਪੰਜ ਰਾਜ ਸੀਗੇ, ਟੇਕ ਪਾਸੇ ਇਕੱਲਾ ਬਲਗੇਰੀਆ ਸੀ। ਇਸ ਕਰਕੇ ਬਲਗੇਰੀਆ ਸੀ ਜਿਹੜਾ ਹਾਰ ਗਿਆ ਸੀਗਾ। ਇਸ ਜੁੱਧੇ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਉਹਨੂੰ ਕਹਿੰਦੇ ਨੇ ਬੁਖਾਰੇ ਸੱਟ ਦੀ ਸੰਧੀ ਜਿਹੜੀ ਹੋਈ ਸੀ 10 ਅਗਸਤ 1913 ਈਸਵੀ ਦੇ ਵਿੱਚ ਇਹਨਾਂ ਜੁੱਧਾਂ ਤੋਂ ਬਾਅਦ ਜਿਹੜੇ ਹਾਲਾਤ ਸੀ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੋ ਗਏ ਇਸ ਤੋਂ ਬਾਅਦ ਇੱਕ ਤਤਕਾਲੀਕਰਨ ਹੋਇਆ ਸੀ ਜਿਸ ਨੇ ਅਗੂਤੇ ਕਿਉਂ ਪਾਉਣ ਵਾਲਾ ਕੰਮ ਕੀਤਾ ਸੀ ਉਹ ਆ ਜਿਹੜਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤੇ ਪਹਿਲੇ ਵਿਸ਼ਵ ਜੁੱਧ ਦੇ ਪ੍ਰਭਾਵ ਕਰਾਂਗੇ ਨਾ ਅਗਲੀ ਵੀਡੀਓ ਦੇ ਵਿੱਚ ਇੱਕ ਸੰਧੀਆਂ ਅਗਰੀ ਗੱਲ ਕਰਾਂਗੇ ਯਾਨੀ ਕਿ ਪਹਿਲੇ ਵਿਸ਼ਵ ਜੁੱਧ ਤੋਂ ਬਾਅਦ ਕਿਹੜੀਆਂ ਸੰਧੀਆਂ ਹੋਈਆਂ ਸੀਗੀਆਂ ਇਸ ਘਟਨਾ ਕਰਮ ਤੋਂ ਇਲਾਵਾ ਇੱਕ ਹੋਰ ਘਟਨਾ ਹੋਈ ਸੀ ਉਹ ਦੇਖ ਲਓ ਇਹ ਜਿਹੜੀ ਘਟਨਾ ਸੀ ਕਿ ਇਹ ਪਹਿਲੇ ਵਿਸ਼ਯੋਦ ਦੇ ਤੋਂ ਪਹਿਲਾਂ ਦੀ ਜਿਹੜੀ ਹਾਲਤਾਂ ਸੀ ਉਹ ਤਾਂ ਦਾ ਯਾਨੀ ਕਿ ਹਰੀਕ ਦੀ ਏਸੀ ਜਿਹੜਾ ਵੱਖ-ਵੱਖ ਦੇਸ਼ਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ ਵੱਧ ਤੋਂ ਵੱਧ ਖੇਤਰ ਸੀ ਆਪਣਾ ਰਾਜ ਜਿਹੜਾ ਉਹ ਵਿਸਤਾਰ ਕਰਨਾ ਚਾਹੁੰਦਾ ਸੀ ਇਸ ਰਾਜ ਵਿਸਤਾਰ ਦੇ ਚੱਲਦਿਆਂ ਰੂਸ ਤੇ ਜਪਾਨ ਦੇ ਵਿੱਚ ਯੁੱਧ ਹੋਇਆ ਸੀ ਜਿਹੜਾ ਕਿ 1904 ਤੋਂ ਲੈ ਕੇ 1905 ਈਸਵੀ ਤੱਕ ਚੱਲਿਆ ਸੀ ਇਸ ਯੁੱਧ ਦੇ ਵਿੱਚ ਜਪਾਨ ਨੇ ਰੂਸ ਨੂੰ ਹਰਾ ਦਿੱਤਾ ਸੀ ਰੂਸ ਅਤੇ ਜਾਪਾਨ ਦੇ ਜੰਗ ਤੋਂ ਬਾਅਦ ਵੀ ਇੱਕ ਸੰਧੀ ਹੋਈ ਸੀ ਜਿਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਮਰੀਕੀ ਰਾਸ਼ਟਰਪਤੀ ਰੁਜਵੈਲਟ ਨੇ ਇਹ ਧਿਆਨ ਦੇ ਵਿੱਚ ਰੱਖਣਾਗਾ ਇਸ ਤੋਂ ਬਾਅਦ ਕੀ ਹੋਇਆ ਜਾਪਾਨ ਤੇ ਰੂਸ ਜਿਹੜੇ ਉਹ ਇਕੱਠੇ ਹੋ ਗਏ ਸੀਗੇ ਬਾਕੀ ਆਪਾਂ ਇਹ ਨੈਕਸਟ ਵੀਡੀਓ ਦੇ ਵਿੱਚ ਕਰ ਲਾਂਗੇ ਇਹ ਸੀ ਆਪਣਾ ਬਹੁਤ ਹੀ ਮਹੱਤਵਪੂਰਨ ਟੌਪਿਕ ਪਹਿਲਾ ਵਿਸ਼ਵ ਯੁੱਧ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਤੁਸੀਂ ਆਪਦੀ MCQ ਦੀ ਜਿਹੜੀ ਪ੍ਰੈਕਟਿਸ ਹੈ ਟੈਲੀਗ੍ਰam ਗਰੁੱਪ ਤੇ ਵਿੱਚ ਜਾ ਕੇ ਕਰ ਸਕਦੇ ਹੋ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ